ਤੇ ਗੈਂਗਸਟਰਾਂ ਦੇ ਵਿੱਚ ਮੁੱਠਭੇੜ ਹੋਈ ਹੈ, ਜਿਹਦੇ ਵਿੱਚ ਇੱਕ ਦੇ ਪੈਰ 'ਚ ਗੋਲੀ ਵੱਜੀ ਹੈ ਤੇ ਦੂਜਾ ਫਰਾਰ ਹੋ ਗਿਆ। ਹਾਲਾਂਕਿ ਇਹ ਉਸੀ ਥਾਂ ਦੀ ਤਸਵੀਰਾਂ ਨੇ ਜਿੱਥੇ ਇਹ ਪੂਰਾ ਓਪਰੇਸ਼ਨ ਹੋਇਆ। SSP ਮੋਹਾਲੀ ਵੀ ਸਾਡੇ ਨਾਲ ਮੌਜੂਦ ਹੈ। ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਇਹ ਕੌਸ਼ਲ ਗੈਂਗ ਤੋਂ ਸੰਬੰਧ ਰੱਖਦੇ ਹਨ। ਇਸੀ ਬਾਈਕ ਤੇ ਉਹ ਇੱਥੇ ਰੈਕੀ ਵੀ ਕੀਤੀ, ਜਿੱਦਾਂ ਕਿਸੇ ਕੋਈ ਨਾਮੀ ਸਿੰਗਰ ਦੀ ਰੈਕੀ ਕੀਤੀ ਸੀ ਔਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ। ਲੇਕਿਨ ਉਸ ਤੋਂ ਪਹਿਲਾਂ ਪੁਲਿਸ ਨੂੰ ਇੱਕ ਟਿਪ ਆਫ ਸੀ ਔਰ ਟਿਪ ਆਫ ਦੇ ਚੱਲਦੇ ਇਹਨਾਂ ਨੂੰ ਸਰੈਂਡਰ ਕਰਨ ਨੂੰ ਕਿਹਾ, ਲੇਕਿਨ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਔਰ ਜਵਾਬੀ ਫਾਇਰਿੰਗ 'ਚ ਪੁਲਿਸ ਨੇ ਇਹਨਾਂ ਦੇ ਪੈਰ ਤੇ ਗੋਲੀ। ਹਾਲਾਂਕਿ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ, ਸਾਡੇ ਨਾਲ ਸੀਨੀਅਰ ਆਫਿਸਰ ਨੇ। ਡਾਕਟਰ ਸਾਹਿਬ, ਇਹ ਪੂਰਾ ਜਿਹੜਾ ਇਨਵੈਸਟੀਗੇਸ਼ਨ ਹੋਈ ਹੈ, ਹੁਣ ਤੱਕ ਦੀ ਕੀ ਨਿਕਲ ਕੇ ਸਾਹਮਣੇ ਆਈ? ਇਹਦੇ ਵਿੱਚ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਸੀਗੀ ਜਿਹਦੇ ਤਹਿਤ ਇਹ ਪਤਾ ਲੱਗਿਆ ਕਿ ਦੋ ਬੰਦੇ ਬਾਈਕ ਦੇ ਉੱਤੇ ਰੈਕੀ ਕਰ ਰਹੇ ਨੇ ਕਿਸੇ ਸਿੰਗਰ ਦੀ, ਅਤੇ ਇਸ ਇਨਫੋਰਮੇਸ਼ਨ ਸਾਡੀ ਜਿਹੜੀ ਟੀਮ ਸੀ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਅਤੇ ਪੂਰੇ ਏਰੀਆ ਦੀ ਜਿਹੜੀ ਸਰਚ ਸੀਗੀ ਉਹ ਸ਼ੁਰੂ ਕਰ ਦਿੱਤੀ। ਜਦੋਂ ਇਸ ਇਲਾਕੇ ਦੇ ਉੱਤੇ ਆਪਾਂ ਇਸ ਟਾਈਮ 'ਤੇ ਖੜ੍ਹੇ ਹਾਂ ਤਾਂ ਇੱਥੇ ਦੋ ਬੰਦੇ ਬਾਈਕ ਦੇ ਉੱਤੇ ਆ ਰਹੇ ਸੀ, ਅਤੇ ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਬਾਈਕ ਭਜਾ ਲਈ ਅਤੇ ਨਾਲ ਹੀ ਪੁਲਿਸ ਪਾਰਟਿੰਗ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਜਵਾਬੀ ਫਾਇਰਿੰਗ ਦੇ ਵਿੱਚ ਜਿਹੜੀ ਸੀ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ, ਅਤੇ ਜਵਾਬੀ ਫਾਇਰਿੰਗ ਦੇ ਦੌਰਾਨ ਇੱਕ ਜਿਹੜੀ ਗੋਲੀ ਸੀਗੀ ਉਹਨਾਂ 'ਚੋਂ ਇੱਕ ਬੰਦੇ ਦੀ ਲੱਤ 'ਤੇ ਵੱਜੀ, ਉਹ ਮੋਟਰਸਾਈਕਲ ਤੋਂ ਡਿੱਗ ਪਏ, ਅਤੇ ਜਿਹੜਾ ਦੂਸਰਾ ਬੰਦਾ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ। ਜਿਹੜਾ ਇਹ ਬੰਦਾ ਇਸ ਟਾਈਮ 'ਤੇ ਸਿਵਲ ਹਸਪੀਟਲ ਇਮੀਡੀਏਟਲੀ ਇਹਨੂੰ ਸ਼ਿਫਟ ਕੀਤਾ ਗਿਆ ਅਤੇ ਇਸ ਟਾਈਮ 'ਤੇ ਜ਼ੇਰੇ ਇਲਾਜ। ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੈ ਅਤੇ ਕਿਸ ਨੂੰ ਕਿਹਦੀ ਰੈਕੀ ਜਿਹੜੀ ਹੈ ਕਰਨਾ ਹੈ? ਜਿਹੜਾ ਇਹ ਬੰਦਾ ਇਸ ਟਾਈਮ 'ਤੇ ਅਰੈਸਟ ਕੀਤਾ ਗਿਆ, ਇਹ ਬਨਵਾਰੀ ਪਾਲ ਨਾਮ ਦਾ ਬੰਦਾ ਸੀਗਾ ਅਤੇ ਇਹ ਆਗਰਾ ਯੂਪੀ ਨੂੰ ਬਿਲੋਂਗ ਕਰਦਾ ਹੈ, ਅਤੇ ਇਹ ਇੱਕ ਜਿਹੜਾ ਮਾਲਪੁਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਫਾਇਰਿੰਗ ਕੇਸ ਹੋਇਆ ਸੀਗਾ ਕਰੀਬ 15 ਦਿਨ ਪਹਿਲਾਂ, ਜਿਹਦੇ ਵਿੱਚ ਕਾਫੀ ਰਾਊਂਡ ਜਿਹੜੇ ਸੀਗੇ ਉਹ ਫਾਇਰ ਕੀਤੇ ਗਏ ਸੀ, ਅਤੇ ਉਸਦੇ ਨਾਲ ਹੀ ਸੇਮ ਪਰਿਵਾਰ ਦੇ ਉੱਤੇ ਸੈਕਰਾਮੈਂਟੋ ਵਿਖੇ ਵੀ ਅਗਲੇ ਦਿਨ ਜਿਹੜੀ ਫਾਇਰਿੰਗ ਹੋਈ ਸੀਗੀ, ਉਹਦੇ ਵਿੱਚ 3 ਸ਼ੂਟਰਸ ਜਿਹੜੇ ਇਨਵੋਲਵ ਸੀ ਉਹਨਾਂ 'ਚੋਂ ਇੱਕ ਸ਼ੂਟਰ ਇਹ ਸੀਗਾ। ਠੀਕ ਹੈ, ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚੋਂ ਨਿਕਲਿਆ ਕਿ ਰੈਕੀ ਕੀਤੀ ਜਾ ਰਹੀ ਸੀ ਜਾਂ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ? ਨਹੀਂ, ਇਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਮੀਜੀਏਟ ਹਜੇ ਇੰਸੀਡੈਂਟ ਹੋਇਆ ਹੀ ਹੈ, ਅਤੇ ਹਜੇ ਉਹ ਜਿਹੜਾ ਫੋਰ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪੀਟਲ ਪਹੁੰਚਾਇਆ ਗਿਆ, ਤਾਂ ਉਹ ਡਿਟੇਲ ਜਿਹੜੀ ਪੁੱਛਗਿੱਛ ਹੋਊਗੀ ਉਹ ਸਾਰੀਆਂ ਚੀਜ਼ਾਂ ਉਸ ਚੀਜ਼ ਸਾਹਮਣੇ ਆ। ਇਨੀਸ਼ੀਅਲੀ ਜੇ ਦੂਜਾ ਜਿਹੜਾ ਉਹਦਾ ਸਾਥੀ ਹੈ ਉਹ ਵੀ ਫਾਇਰਿੰਗ 'ਚ ਸ਼ਾਮਿਲ ਸੀਗਾ ਹੁਣ ਤੱਕ ਦੀ ਇਨਵੈਸਟੀਗੇਸ਼ਨ? ਨਹੀਂ, ਹਜੇ ਤੱਕਰ ਉਹਦੇ ਬਾਰੇ ਅਸੀਂ ਸ਼ੋਰ ਨਹੀਂ ਕਹਿ ਸਕਦੇ, ਬਸ ਉਹ ਸਾਥੀ ਸੀ ਮੌਕੇ ਤੋਂ ਭੱਜ ਗਿਆ ਕਿਉਂਕਿ ਇਮੀਜੀਏਟਲੀ ਉਹਦੇ ਗੋਲੀ ਲੱਗੀ ਸੀ ਤਾਂ ਉਹਨੂੰ ਇਲਾਜ ਕਰਾਉਣਾ ਜ਼ਰੂਰੀ ਸੀਗਾ, ਤਾਂ ਇਮੀਜੀਏਟਲੀ ਹਸਪੀਟਲ ਪਹੁੰਚਾਇਆ ਗਿਆ। ਬਾਕੀ ਡਿਟੇਲ ਪੁੱਛਗਿੱਛ ਦੌਰਾਨ ਇਹ ਸਾਰੀਆਂ ਚੀਜ਼ਾਂ ਸਾਹਮਣੇ ਰਿਕਵਰ ਕੀ ਹੋਇਆ ਸਰ, ਕਿਹੜਾ ਹਸਲਾ ਰਿਕਵਰ? ਇਹਦੇ ਵਿੱਚੋਂ ਇੱਕ ਤਾਂ ਜਿਹੜਾ ਮੋਟਰਸਾਈਕਲ ਜਿੱਥੇ ਭੱਜ ਰਹੇ ਸੀਗੇ ਉਹ ਰਿਕਵਰ ਹੋਇਆ ਇਮੀਜੀਏਟਲੀ, ਤੇ ਇਹ ਵੀ ਜਿਹੜਾ ਹੈਗਾ ਚੋਰੀ ਦਾ ਜਾਂ ਉਸਦਾ ਹੀ ਜਾਪਦਾ ਹੈ, ਬਿਨਾਂ ਨੰਬਰ ਪਲੇਟ ਹੈਗੇ, ਤੇ ਇਸ ਦੇ ਨਾਲ ਨਾਲ ਜਿਹੜਾ ਵੈਪਨ ਹੈਗਾ ਉਹ 30 ਬੋਰ ਦਾ ਜਿਹੜਾ ਉਹ ਰਿਕਵਰ ਹੋਇਆ। ਲਾਈਵ ਕਾਰਟ੍ਰਿਜ ਵਗੈਰਾ ਕੁਝ ਹਜੇ? ਲਾਈਵ ਕਾਰਟ੍ਰਿਜ ਵੀ ਵੈਪਨ ਲੋਡਡ ਹੈ ਇਹਦੇ ਵਿੱਚ ਜਿਹੜਾ ਹੈਗਾ, ਜਿਹੜਾ ਸਾਨੂੰ ਰਿਕਵਰ ਹੋਇਆ। ਸਾਡੀ ਫੋਰੈਂਸਿਕ ਦੀ ਟੀਮਸ ਜਿਹੜੀਆਂ ਹੈਗੀਆਂ ਉਹ ਮੌਕੇ ਤੇ ਪਹੁੰਚ ਰਹੀਆਂ ਨੇ ਤੇ ਪਹੁੰਚ ਕੇ ਸਾਰੀ ਜਿਹੜੀ ਹੈ ਜਾਂਚ ਕਰ। ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਏ ਸਰ, ਕਿੰਨੇ ਪਿਛਲੇ ਜਿਹੜੇ ਕੇਸਿਸ ਚ ਨੇ ਵਾਂਟਿਡ ਨੇ ਜਾਂ ਵਾਂਟਿਡ ਨੇ? ਨਹੀਂ, ਹਜੇ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਬਿਲਕੁਲ ਹੀ ਇਨੀਸ਼ੀਅਲ ਹੈਗੇ, ਤੇ ਪਰ ਜਿਸ ਹਿਸਾਬ ਦਾ ਇਹਨਾਂ ਰਿਕਾਰਡ ਹੈ ਜਿਵੇਂ ਹੁਣ ਮਾਲਪੁਰ ਫਾਇਰਿੰਗ ਜਿਹੜੀ ਹੈਗੀ ਹੈ ਕਰਕੇ ਆਏ ਨੇ, ਤਾਂ ਇਹ ਹੋ ਸਕਦਾ ਹੋਰ ਵੀ ਕਾਫੀ ਕੇਸਿਸ ਦੇ ਵਿੱਚ ਇਨਵੋਲਵ ਹੋਣ। ਠੀਕ ਹੈ, ਤਾਂ ਬਿਲਕੁਲ SSP ਮੋਹਾਲੀ ਵੱਲੋਂ ਜਾਣਕਾਰੀ ਦਿੱਤੀ ਗਈ। ਹਾਲਾਂਕਿ ਪੂਰਾ ਏਰੀਆ ਸੀਲ ਕਰ ਦਿੱਤਾ ਗਿਆ, ਲਗਾਤਾਰ ਸਰਚ ਆਪਰੇਸ਼ਨ ਵੀ ਕੀਤੀ ਜਾ ਰਹੀ ਹੈ ਕਿਉਂਕਿ ਦੂਜਾ ਜਿਹੜਾ ਸਾਥੀ ਫਰਾਰ ਹੋਇਆ ਉਹਦੀ ਵੀ ਭਾਲ ਕੀਤੀ ਜਾ ਰਹੀ ਹੈ। ਪਹਿਲਾਂ ਵੀ ਕਈ ਮਾਮਲਿਆਂ 'ਚ ਵਾਂਟਿਡ ਰਹੇ ਨੇ ਔਰ ਇਹ ਬਾਈਕ ਤੇ ਇਹ ਸਵਾਰ ਹੋ ਕੇ ਇੱਥੋਂ ਫਰਾਰ ਹੋ ਰਹੀ ਸੀ। ਹਾਲਾਂਕਿ ਕਿਸੇ ਵੱਡੀ ਵਾਰਦਾਤ ਨੂੰ, ਜਿੱਦਾਂ ਸੀਨੀਅਰ ਅਫਸਰ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਹਾਲਾਂਕਿ ਫੋਰੈਂਸਿਕ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਤੇ ਪੂਰਾ ਇੱਥੇ ਜਿਹੜਾ ਸਰਚ ਵੀ ਕੀਤਾ ਜਾ ਰਿਹਾ ਹੈ। ਸੀਨੀਅਰ ਆਫਿਸਰਸ ਦੇ ਸੁਪਰਵਿਜ਼ਨ ਦੇ ਵਿੱਚ ਪੂਰਾ ਇਹ ਆਪਰੇਸ਼ਨ ਹੋਇਆ ਤੇ ਬਨਵਾਰੀ ਲਾਲ ਜਿਹੜਾ ਦੱਸਿਆ ਜਾ ਰਿਹਾ ਹੈ ਯੂਪੀ ਦਾ, ਔਰ ਇੱਕ ਪਿਛਲੇ ਦਿਨਾਂ ਜਿਹੜੀ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਇਹਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ, ਔਰ ਇੱਕ ਇਹਦਾ ਜਿਹੜਾ ਸਾਥੀ, ਹਾਲਾਂਕਿ ਇਹਨਾਂ ਕੋਲੋਂ ਇੱਕ ਇਲੀਗਲ ਵੈਪਨ ਤੇ ਲੋਡਿਡ
ਜਿਹੜਾ ਵੈਪਨਸ ਹੈ ਉਹ ਰਿਕਵਰ ਕੀਤਾ ਗਿਆ ਹੈ। ਬਿਨਾਂ ਨੰਬਰ ਪਲੇਟ ਦੀ ਇਹ ਬਾਈਕ ਦੱਸੀ ਜਾ ਰਹੀ ਸਪਲੈਂਡਰ ਬਾਈਕ ਹੈ। ਹਾਲਾਂਕਿ ਇਹਦੀ ਵੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਇਸ ਰੋਡ ਸਾਈਡ ਬਿਲਕੁਲ ਬੈਕ ਸਾਈਡ ਬਿਲਕੁਲ ਖਾਲੀ ਏਰੀਆ ਇਹ ਇੱਥੇ ਕੀ ਕਰ ਰਹੇ ਸੀਗੇ। ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਕਈ ਚੀਜ਼ਾਂ ਦਾ ਖੁਲਾਸਾ ਜਿਹੜਾ ਆਉਣ ਵਾਲੇ। ਹਾਲਾਂਕਿ ਹੁਸ਼ਿਆਰਪੁਰ ਟੀਮ ਵੀ ਲੱਗੀ ਹੋਈ ਹੈ ਇਹਨਾਂ ਨੂੰ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ ਕਿਉਂਕਿ ਦੋ ਦਿਨ ਚ ਦੂਜੀ ਵਾਰਦਾਤ ਜਿਹੜੀ ਹੈਗੀ ਇਹਨਾਂ ਨੇ 15 ਦਿਨ ਪਹਿਲਾਂ ਕੀਤੀ ਸੀ ਮਾਲਪੁਰ ਦੇ ਵਿੱਚ। ਲਗਾਤਾਰ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀਗੀ। ਹਾਲਾਂਕਿ ਇਸ ਏਰੀਆ ਦੇ ਵਿੱਚ ਕਿਸ ਦੀ ਰੈਕੀ ਕਰ ਰਹੀ ਸੀ ਇੱਕ ਨਾਮੀ ਕਹਿ ਸਕਦੇ ਆ ਕਿ ਸਿੰਗਰ ਦੀ ਰੈਕੀ ਕਰ ਰਹੇ ਸੀਗੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਲੇਕਿਨ ਉਸ ਤੋਂ ਪਹਿਲਾਂ ਪੁਲਿਸ ਨੂੰ ਇੱਕ ਟਿਪ ਆਫ ਸੀ ਔਰ ਉਸ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ।